Hello everyone, this is Sakshi Agarwal from Malerkotla. I welcome you all on Mehnti Bachay. I hope you all are doing well. ਤੁਹਾਡੀ ਸਭ ਦੀ ਸਿਹਤ ਬਹੁਤ ਵਧੀਆ ਹੋਊਗੀ ਅਤੇ ਤੁਸੀਂ ਬਹੁਤ ਵਧੀਆ ਢੰਗ ਨਾਲ ਆਪਣੀ ਤਿਆਰੀ ਕਰ ਰਹੇ ਹੋਗੇ। ਅੱਜ ਆਪਾਂ ਬਹੁਤ ਦਿਨਾਂ ਬਾਅਦ ਮਿਲ ਰਹੇ ਹਾਂ ਅਤੇ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ। ਡਿਊ ਟੂ ਸਮ ਹੈਲਥ ਇਸ਼ੂਜ਼ ਮੈਂ ਵੀਡੀਓਜ਼ ਨਹੀਂ ਅਪਲੋਡ ਕਰ ਪਾ ਰਹੀ ਸੀ ਕਾਫੀ ਦਿਨਾਂ ਤੋਂ, ਸੋ ਆਈ ਐਮ ਰੀਅਲੀ ਸੋਰੀ ਫੋਰ ਦੈਟ। ਮਨ ਤਾਂ ਬਹੁਤ ਕਰਦਾ ਸੀ ਵੀਡੀਓਜ਼ ਅਪਲੋਡ ਕਰਨ ਦਾ, ਬਟ ਹੈਲਥ ਅਲਾਊ ਨਹੀਂ ਕਰ ਰਹੀ ਸੀ। ਬਟ ਹੁਣ ਮੈਂ ਆਪਣੇ ਵੱਲੋਂ ਪੂਰੀ ਟਰਾਈ ਕਰੂੰਗੀ ਕਿ ਰੈਗੂਲਰ ਬੇਸਿਸ 'ਤੇ ਤੁਹਾਡੇ ਲਈ ਵੀਡੀਓਜ਼ ਲੈ ਕੇ ਆਵਾਂ। ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ PPSC ਨੇ ਰੀਸੈਂਟਲੀ BPEO ਹੈੱਡਮਾਸਟਰ ਅਤੇ ਪ੍ਰਿੰਸੀਪਲ ਪੋਸਟ ਦੀ ਜਿਹੜੀ ਐਡਵਰਟਾਈਜ਼ਮੈਂਟ ਉਹਨੂੰ ਰਿਵਾਈਜ਼ ਕੀਤਾ ਅਤੇ ਉਹਦੇ ਵਿੱਚ ਕੁਝ ਨਿਊ ਚੀਜ਼ਾਂ ਐਡ ਕੀਤੀਆਂ ਗਈਆਂ ਨੇ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਾਂਗੇ। ਓਕੇ, ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਚੈਨਲ ਉੱਪਰ ਪ੍ਰਿੰਸੀਪਲ ਹੈੱਡਮਾਸਟਰ BPEO ਨਾਲ ਰਿਲੇਟਿਡ ਪੂਰਾ ਕੋਰਸ ਅਵੇਲੇਬਲ ਹੈ ਫ੍ਰੀ ਆਫ ਕੋਸਟ, ਸੋ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ। ਓਕੇ, ਅਤੇ ਨਾਲ ਹੀ ਇਹ ਇਗਜ਼ਾਮ ਦੇ ਲਈ ਟੈਸਟ ਸੀਰੀਜ਼ ਵੀ ਅਵੇਲੇਬਲ ਹੈ। ਇਹਦੇ ਰਿਗਾਰਡਿੰਗ ਤੁਹਾਨੂੰ ਡਿਟੇਲ ਦੇ ਵਿੱਚ ਪੂਰੀ ਵੀਡੀਓ ਵੀ ਮਿਲ ਜੂਗੀ ਚੈਨਲ ਉੱਪਰ। ਅਤੇ ਨਾਲ ਹੀ ਅਗਰ ਤੁਸੀਂ ਟੈਸਟ ਸੀਰੀਜ਼ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ 8054077001 ਦੇ ਉੱਪਰ ਵਟਸਐਪ ਕਰ ਸਕਦੇ ਹੋ ਜਾਂ ਫਿਰ mehntibachay@gmail.com ਦੇ ਉੱਪਰ ਈਮੇਲ ਕਰਕੇ ਵੀ ਡਿਟੇਲਸ ਲੈ ਸਕਦੇ ਹੋ। ਅਤੇ ਨਾਲ ਹੀ ਕੁਇਜ਼ ਅਤੇ ਕਰੰਟ ਅਫੇਅਰਸ ਦੇ ਲਈ ਤੁਸੀਂ ਮਹਿੰਤੀ ਬੱਚੇ ਨੂੰ ਫੋਲੋ ਕਰ ਸਕਦੇ ਹੋ ਟੈਲੀਗ੍ਰਾਮ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਉੱਪਰ। ਓਕੇ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀਆਂ ਰਹਿਣ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕੀ ਚੇਂਜਸ ਕੀਤੇ ਗਏ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪ੍ਰਿੰਸੀਪਲ ਪੋਸਟ ਦੀ। ਓਕੇ, ਜਿਹੜਾ ਫਸਟ ਪੁਆਇੰਟ ਹੈ ਇਹਦੇ ਵਿੱਚ ਬੇਸਿਕਲੀ ਐਗਰੀਕਲਚਰ ਮਾਸਟਰਸ ਬਾਰੇ ਗੱਲ ਕੀਤੀ ਗਈ ਹੈ ਕਿ ਐਗਰੀਕਲਚਰ ਮਾਸਟਰਸ ਨੂੰ ਹੁਣ ਐਗਜ਼ਾਮਸ਼ਨ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਬੀਐਡ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਅਪਲਾਈ ਕਰ ਸਕਦੇ ਹੈ ਪੋਸਟ ਦੇ ਲਈ। ਓਕੇ, ਉਹ ਤੋਂ ਬਾਅਦ ਸੈਕਿੰਡ ਪੁਆਇੰਟ ਦੇ ਵਿੱਚ ਗੱਲ ਕੀਤੀ ਗਈ ਹੈ ਨਿਊ ਪੇ ਸਕੇਲਸ ਦੇ ਬਾਰੇ। ਓਕੇ, ਨਿਊ ਪੇ ਸਕੇਲ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਐਨੈਕਸਚਰ 1 ਦੇ ਵਿੱਚ ਦਿੱਤੀ ਗਈ ਹੈ। ਜਿਹੜਾ ਐਨੈਕਸਚਰ 1 ਦੀ PDF ਹੈ ਉਹ ਤੁਹਾਨੂੰ ਟੈਲੀਗ੍ਰਾਮ ਦੇ ਉੱਪਰ ਵੀ ਮਿਲ ਜੂਗੀ ਅਤੇ ਨਾਲ ਹੀ ਤੁਹਾਨੂੰ ਫੇਸਬੁੱਕ ਦੇ ਉੱਪਰ ਵੀ ਮਿਲ ਜੂਗੀ। ਸੋ ਤੁਸੀਂ ਉੱਥੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਵਾਲੀ PDF। ਓਕੇ, ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਇਹ PDF ਹੈ, ਬੇਸਿਕਲੀ ਇਹਦੇ ਵਿੱਚ ਸਾਰੀ ਡਿਟੇਲਸ ਗਿਵਨ ਹੈ। ਓਕੇ, ਉਹ ਤੋਂ ਬਾਅਦ ਨੈਕਸਟ ਹੁਣ ਆਪਾਂ ਥਰਡ ਪੁਆਇੰਟ ਦੀ ਗੱਲ ਕਰਦੇ ਹਾਂ। ਰੀਸੈਂਟਲੀ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਗਵਰਨਮੈਂਟ ਨੇ ਜਿਹੜੀ ਡੈਫੀਨੇਸ਼ਨ ਹੈ ਸਪੋਰਟ ਪਰਸਨ ਦੇ ਉਹਨੂੰ ਚੇਂਜ ਕੀਤਾ ਸੀ, ਸੋ ਇਹਦੇ ਬਾਰੇ ਡਿਟੇਲਸ ਦਿੱਤੀਆਂ ਗਈਆਂ ਨੇ। ਓਕੇ, ਇਹ ਤੁਸੀਂ ਐਨੈਕਸਚਰ 2 ਦੇ ਵਿੱਚ ਦੇਖ ਸਕਦੇ ਹੋ। ਸੋ ਇਹਦੀ PDF ਵੀ ਤੁਹਾਨੂੰ ਟੈਲੀਗ੍ਰਾਮ ਅਤੇ ਫੇਸਬੁੱਕ ਦੇ ਉੱਪਰ ਮਿਲ ਜੂਗੀ। ਓਕੇ, ਸੋ ਜਿਹੜਾ ਫੋਰਥ ਪੁਆਇੰਟ ਹੈ ਇਹਦੇ ਵਿੱਚ ਕਿਹਾ ਗਿਆ ਕਿਉਂਕਿ ਜਿਹੜੀ ਸਪੋਰਟ ਪਰਸਨ ਦੀ ਡੈਫੀਨੇਸ਼ਨ ਉਹਨੂੰ ਚੇਂਜ ਕੀਤਾ ਗਿਆ, ਇਸ ਲਈ ਜਿਹੜੇ ਕੈਂਡੀਡੇਟਸ ਹੁਣ ਐਲੀਜੀਬਲ ਨੇ ਅਪਲਾਈ ਕਰਨ ਦੇ ਲਈ ਉਹ ਪ੍ਰਿੰਸੀਪਲ ਪੋਸਟ ਲਈ ਅਪਲਾਈ ਕਰ ਸਕਦੇ ਹਾਂ। ਓਕੇ, ਨੈਕਸਟ ਫਿਫਥ ਪੁਆਇੰਟ 'ਚ ਇਹਨਾਂ ਨੇ ਕਿਹਾ ਗਿਆ ਕਿ ਪੇ ਸਕੇਲ ਸਪੋਰਟ ਰੂਲ ਕਿਉਂਕਿ ਚੇਂਜ ਕੀਤੇ ਗਏ ਹੈ ਅਤੇ ਐਗਰੀਕਲਚਰ ਮਾਸਟਰਸ ਜਿਹੜੇ ਨੇ ਹੁਣ ਉਹਨਾਂ ਨੂੰ ਵੀ ਐਗਜ਼ੰਪਸ਼ਨ ਦਿੱਤੀ ਗਈ ਹੈ। ਓਕੇ, ਇਸ ਲਈ 10 ਦਿਨ ਦਾ ਟਾਈਮ ਹੋਰ ਦਿੱਤਾ ਜਾਂਦਾ ਅਪਲਾਈ ਕਰਨ ਦੇ ਲਈ ਇਹ ਪੋਸਟ ਦੇ ਲਈ। ਓਕੇ, ਜਿਹੜੀ ਇਹਦੀ ਲਾਸਟ ਡੇਟ ਹੈ ਔਨਲਾਈਨ ਐਪਲੀਕੇਸ਼ਨ ਫੋਰਮ ਨੂੰ ਅਪਲਾਈ ਕਰਨ ਦੀ ਉਹ ਹੈਗੀ ਹੈ 2 November 2020 ਅਤੇ ਫੀ ਡਿਪੋਜ਼ਿਟ ਕਰਵਾਉਣ ਦੀ ਜਿਹੜੀ ਲਾਸਟ ਡੇਟ ਹੈ ਉਹ 9 November 2020 ਹੈ। ਓਕੇ, ਅਤੇ ਨਾਲ ਇਹ ਵੀ ਕਿਹਾ ਗਿਆ ਉਹ ਕੈਂਡੀਡੇਟ ਜਿਹੜੇ ਕਿ ਆਪਣਾ ਕੈਂਡੀਡੇਚਰ ਵਿਦਡਰਾਅ ਕਰਨਾ ਚਾਹੁੰਦੇ ਹੈ ਉਹ ਕਰ ਸਕਦੇ ਹੈ 2 November 2020 ਤੋਂ ਪਹਿਲਾਂ। ਓਕੇ, ਕਿਵੇਂ ਕਰ ਸਕਦੇ? ਉਹਨਾਂ ਨੂੰ ਇੱਕ ਈਮੇਲ ਵੀ ਕਰਨੀ ਪਊਗੀ, ਈਮੇਲ ਆਈਡੀਆ ਗਿਵਨ ਹੈ phb.ppsc@gmail.com। ਓਕੇ, ਸੋ ਤੁਸੀਂ ਇੱਥੇ ਈਮੇਲ ਕਰ ਸਕਦੇ ਹੋ ਅਤੇ ਨਾਲ ਹੀ ਆਪਣਾ ਜਿਹੜਾ ਕੈਂਡੀਡੇਚਰਾਂ ਨੂੰ ਵਿਦਡਰਾਅ ਕਰ ਸਕਦੇ ਹੋ। ਉਹ ਤੋਂ ਬਾਅਦ 7 ਪੁਆਇੰਟਸ ਕਿਹਾ ਗਿਆ ਉਹ ਕੈਂਡੀਡੇਟਸ ਜਿਨ੍ਹਾਂ ਨੇ ਆਪਣਾ ਔਨਲਾਈਨ ਐਪਲੀਕੇਸ਼ਨ ਫੋਰਮ ਫਿਲ ਕਰਤਾ ਸੀ ਬਟ ਉਹਨਾਂ ਨੇ ਫੀ ਡਿਪੋਜ਼ਿਟ ਨਹੀਂ ਕੀਤੀ ਸੀ, ਠੀਕ ਹੈ, ਹੁਣ ਉਹ ਵੀ ਫੀ ਡਿਪੋਜ਼ਿਟ ਕਰਵਾ ਸਕਦੇ ਹੈ। ਓਕੇ, ਉਹ ਵਾਲੇ ਬੈਂਕ ਚਲਾਂਸ ਨਾਲ ਜਿਹੜੇ ਕਿ ਆਲਰੇਡੀ ਪ੍ਰਿੰਟਡ ਨੇ। ਓਕੇ, ਨੈਕਸਟ 8 ਪੁਆਇੰਟ ਹੈ ਕਿ ਜਿਹੜਾ ਇਹ ਇਗਜ਼ਾਮ ਹੈ ਉਹ ਦਿਸੰਬਰ ਦੇ ਫਸਟ ਵੀਕ ਦੇ ਵਿੱਚ ਕੰਡਕਟ ਕੀਤਾ ਜਾਊਗਾ। ਸੋ ਹੁਣ ਆਪਾਂ ਸੈਕਿੰਡ ਬਲੋਕ ਪ੍ਰਾਈਮਰੀ ਐਜੂਕੇਸ਼ਨ ਆਫਿਸਰ BPEO ਪੋਸਟ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਤਾਂ ਨਿਊ ਪੇ ਸਕੇਲ ਬਾਰੇ ਦਿੱਤਾ ਹੋਇਆ। ਓਕੇ, ਸੈਕਿੰਡ ਸਪੋਰਟਸ ਪਰਸਨ ਦੀ ਜਿਹੜੀ ਅਮੈਂਡਮੈਂਟ ਕੀਤੀ ਗਈ ਹੈ ਰੂਲਸ ਦੀ ਉਹਦੇ ਬਾਰੇ ਦੱਸਿਆ ਹੋਇਆ। ਥਰਡ ਦੇ ਵਿੱਚ ਇਹਨਾਂ ਨੇ ਕਿਹਾ ਹੋਇਆ ਕਿ ਉਹੀ ਜਿਹੜੇ ਪਹਿਲਾਂ ਨਹੀਂ ਅਪਲਾਈ ਕਰ ਸਕਦੇ ਸੀਗੇ ਸਪੋਰਟ ਪਰਸਨ ਕੈਟੇਗਰੀ ਦੇ ਵਿੱਚ ਹੁਣ ਉਹ ਅਪਲਾਈ ਕਰ ਸਕਦੇ ਹਾਂ ਕਿਉਂਕਿ ਡੈਫੀਨੇਸ਼ਨ ਚੇਂਜ ਹੋਈ ਹੈ। ਅਤੇ ਨਾਲ ਹੀ ਇਹਦੇ ਵਿੱਚ ਵੀ ਉਹੀ 10 ਡੇਜ਼ ਟਾਈਮ ਦਿੱਤਾ ਜਾਂਦਾ ਉਹਦੇ ਬਾਰੇ ਮੈਨਸ਼ਨ ਕੀਤਾ ਹੋਇਆ। ਓਕੇ, ਅਤੇ ਜਿਹੜੇ ਕੈਂਡੀਡੇਟਸ ਆਪਣਾ ਜਿਹੜਾ ਕੈਂਡੀਡੇਚਰ ਹੈ ਵਿਦਡਰਾਅ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ, ਉਹਨਾਂ ਨੇ ਵੀ ਈਮੇਲ phb.ppsc@gmail.com ਦੇ ਉੱਪਰ ਕਰਨੀ ਹੈ by 2 November 2020।
ਅਤੇ ਨੈਕਸਟ ਉਹ ਕੈਂਡੀਡੇਟ ਜਿਨ੍ਹਾਂ ਨੇ ਪਹਿਲਾਂ ਅਪਲਾਈ ਕਰਤਾ ਸੀ ਬਟ ਉਹਨਾਂ ਨੇ ਫੀ ਡਿਪੋਜ਼ਿਟ ਨਹੀਂ ਕੀਤੀ ਸੀ, ਮਤਲਬ ਉਹਨਾਂ ਕੋਲ ਪ੍ਰਿੰਟਡ ਚਲਾਨ ਹੈ, ਉਹ ਅਪਲਾਈ ਕਰ ਸਕਦੇ ਆ ਹੁਣ, ਮਤਲਬ ਫੀ ਡਿਪੋਜ਼ਿਟ ਕਰਵਾ ਸਕਦੇ ਆ। ਓਕੇ, ਅਤੇ ਜਿਹੜਾ ਇਹਦੇ ਲਈ ਇਗਜ਼ਾਮ ਹੈ ਉਹ ਦਸੰਬਰ ਦੇ ਫਸਟ ਵੀਕ 2020 ਦੇ ਵਿੱਚ ਕੰਡਕਟ ਕੀਤਾ ਜਾਊਗਾ। ਉਹ ਤੋਂ ਬਾਅਦ ਨੈਕਸਟ ਆਪਾਂ ਹੈੱਡ ਮਾਸਟਰ ਹੈੱਡ ਮਿਸਟਰਸ ਪੋਸਟ ਦੇ ਲਈ ਵੀ ਦੇਖ ਲੈਂਦੇ ਹਾਂ। ਇਹਦੇ ਵਿੱਚ ਵੀ ਸਭ ਤੋਂ ਪਹਿਲੇ ਪੁਆਇੰਟ ਦੇ ਵਿੱਚ ਐਗਰੀਕਲਚਰ ਮਾਸਟਰਸ ਦੀ ਗੱਲ ਕੀਤੀ ਗਈ ਹੈ ਕਿ ਹੁਣ ਉਹਨਾਂ ਨੂੰ ਵੀ ਐਗਜ਼ੰਪਸ਼ਨ ਦਿੱਤੀ ਜਾਂਦੀ ਹੈ। ਅਗਰ ਉਹਨਾਂ ਕੋਲ ਬੀ ਏ ਡਿਗਰੀ ਨਹੀਂ ਹੈਗੀ ਤਾਂ ਵੀ ਉਹ ਅਪਲਾਈ ਕਰ ਸਕਦੇ ਹੈ ਹੈੱਡ ਮਾਸਟਰ ਹੈੱਡ ਮਿਸਟਰਸ ਪੋਸਟ ਦੇ ਲਈ। ਓਕੇ, ਸੈਕਿੰਡ ਦੇ ਵਿੱਚ ਨਿਊ ਪੇ ਸਕੇਲ ਬਾਰੇ ਗੱਲ ਕੀਤੀ ਗਈ ਹੈ ਅਤੇ ਐਨੈਕਸਚਰ ਏ ਦੇ ਵਿੱਚ ਤੁਹਾਨੂੰ ਸਾਰੀ ਡਿਟੇਲਸ ਮਿਲ ਜਾਣਗੀਆਂ। ਥਰਡ ਪੁਆਇੰਟ ਦੇ ਵਿੱਚ ਇਹ ਦੱਸਿਆ ਗਿਆ ਕਿ ਸਪੋਰਟ ਪਰਸਨ ਦੀ ਜਿਹੜੀ ਡੈਫੀਨੇਸ਼ਨ ਉਹਨੂੰ ਚੇਂਜ ਕੀਤਾ ਗਿਆ, ਇਹਦੀ ਡਿਟੇਲ ਤੁਹਾਨੂੰ ਨੈਕਸਟ ਬੀਚ ਮਿਲੂਗੀ, ਇੱਥੇ ਗਲਤ ਲਿਖਿਆ ਹੋਇਆ। ਓਕੇ, ਉਹ ਤੋਂ ਬਾਅਦ ਸੋ ਫੋਰਥ ਪੁਆਇੰਟ ਦੇ ਵਿੱਚ ਕਿਹਾ ਗਿਆ ਕਿਉਂਕਿ ਜਿਹੜੇ ਸਪੋਰਟ ਕੈਟੇਗਰੀ ਦੀ ਡੈਫੀਨੇਸ਼ਨ ਆ ਉਹਨੂੰ ਚੇਂਜ ਕੀਤਾ ਗਿਆ, ਇਸ ਲਈ ਹੁਣ ਜਿਹੜੇ ਕੈਂਡੀਡੇਟਸ ਐਲੀਜੀਬਲ ਆ ਉਹ ਅਪਲਾਈ ਕਰ ਸਕਦੇ ਨੇ। ਸੋ ਫਿਫਥ ਪੁਆਇੰਟ ਹੈ ਕਿ ਕਿਉਂਕਿ ਪੇ ਸਕੇਲ ਅਤੇ ਸਪੋਰਟ ਰੂਲਸ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਨੇ ਅਤੇ ਐਗਰੀਕਲਚਰ ਮਾਸਟਰਸ ਨੂੰ ਐਗਜ਼ੰਪਸ਼ਨ ਦਿੱਤੀ ਗਈ ਹੈ, ਸੋ ਹੁਣ ਜਿਹੜੇ ਵੀ ਕੈਂਡੀਡੇਟਸ ਹੈ ਇਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਗਿਆ ਕਿ ਉਹ ਅਪਲਾਈ ਕਰ ਸਕਦੇ ਨੇ। ਓਕੇ, ਉਹ ਤੋਂ ਬਾਅਦ ਨੈਕਸਟ ਜਿਹੜਾ ਸਿਕਸ ਪੁਆਇੰਟ ਹੈ ਇਹਦੇ ਵਿੱਚ ਇਹ ਕਿਹਾ ਹੋਇਆ ਕਿ ਜਿਹੜੇ ਵੀ ਕੈਂਡੀਡੇਟਸ ਨੇ ਪਹਿਲਾਂ ਅਪਲਾਈ ਕਰਤਾ, ਠੀਕ ਹੈ, ਅਗਰ ਕੋਈ ਐਸਾ ਕੈਂਡੀਡੇਟ ਹੈ ਜਿਹੜਾ ਆਪਣਾ ਵਿਦਡਰਾਅ ਕਰਨਾ ਚਾਹੁੰਦਾ ਕੈਂਡੀਡੇਟ 'ਚ ਤਾਂ ਉਹ ਕਰ ਸਕਦਾ। ਉਹਨਾਂ ਨੂੰ ਈਮੇਲ ਕਰਨੀ ਪਊਗੀ php.ppsc@gmail.com ਦੇ ਉੱਪਰ 2nd November 2020 ਤੋਂ ਪਹਿਲਾਂ। ਉਹ ਤੋਂ ਬਾਅਦ ਨੈਕਸਟ ਪੁਆਇੰਟ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਉਹ ਕੈਂਡੀਡੇਟ ਜਿਨ੍ਹਾਂ ਨੇ ਔਨਲਾਈਨ ਐਪਲੀਕੇਸ਼ਨ ਫੋਰਮ ਭਰਤਾ ਸੀ ਅਤੇ ਚਲਾਨ ਪ੍ਰਿੰਟ ਕਰ ਲਿਆ ਸੀ, ਠੀਕ ਹੈ, ਅਤੇ ਫੀ ਨਹੀਂ ਡਿਪੋਜ਼ਿਟ ਕੀਤੀ ਸੀ, ਉਹ ਹੁਣ ਫੀ ਡਿਪੋਜ਼ਿਟ ਕਰ ਸਕਦੇ ਨੇ। ਅਤੇ 8th ਦੇ ਵਿੱਚ ਕਿਹਾ ਗਿਆ ਕਿ ਜਿਹੜਾ ਇਹ ਪੇਪਰ ਹੈ ਉਹਨੂੰ ਦਸੰਬਰ ਦੇ ਫਸਟ ਵੀਕ ਦੇ ਵਿੱਚ ਕੰਡਕਟ ਕੀਤਾ ਜਾਊਗਾ। ਓਕੇ, ਸੋ ਜੋ ਵੀ ਇੰਪੋਰਟੈਂਟ ਚੀਜ਼ਾਂ ਸੀ ਉਹ ਸਾਰੀਆਂ ਆਪਾਂ ਨੇ ਡਿਸਕਸ ਕਰ ਲਈਆਂ। ਜਿਹੜੀਆਂ ਰਿਵਾਈਜ਼ਡ ਐਡਵਰਟਾਈਜ਼ਮੈਂਟ ਹੈ ਅਤੇ ਬਾਕੀ ਜਿੰਨੀਆਂ ਵੀ PDFs ਹੈ ਉਹ ਤੁਸੀਂ ਸਾਡੀ ਔਫੀਸ਼ੀਅਲ ਵੈਬਸਾਈਟ www.mehntibachay.com ਉੱਥੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਸੋ ਦੈਟਸ ਆਲ ਫੋਰ ਟੂਡੇ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਾਈ ਵੀਡੀਓ।